ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ ਸੱਤ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ 4 ਕੁੰਡੇ ਵੱਧ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 5 ਕੁੰਡੇ ਸਿੱਧੇ, 1 2 3 4 5। ਇਹ ਪਹਿਲੇ ਕੁੰਡੇ ਨੂੰ ਛੱਡ ਕੇ ਇਹ 7 ਕੁੰਡਿਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਧਾਗਾ ਆਪਣੀ ਸਾਈਡ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 5 ਕੁੰਡੇ ਸਿੱਧੇ, 1 2 3 4 5। ਧਾਗਾ ਆਪਣੀ ਸਾਈਡ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 5 ਕੁੰਡੇ ਸਿੱਧੇ, 3 ਕੁੰਡੇ ਉਲਟੇ, ਦੂਸਰੀ ਸਿਲਾਈ ਉਲਟੀ ਸਾਈਡ ਤੋਂ 3 ਕੁੰਡੇ ਸਿੱਧੇ, 5 ਕੁੰਡੇ ਉਲਟੇ। ਜਿਹੜੇ ਇੱਧਰ ਆਪਣੇ ਕੋਲ ਸਿੱਧੇ ਸੀ ਉਹ ਬੈਕ ਸਾਈਡ 'ਤੇ ਉਲਟੇ ਬੋਲੇ ਜਾਣਗੇ, ਜੋ ਉਲਟੇ ਸੀ ਉਹ ਸਿੱਧੇ, 5 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 5 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 5 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ, ਤੀਸਰੀ ਸਿਲਾਈ ਸਿੱਧੀ ਸਾਈਡ ਤੋਂ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ। ਪਹਿਲੇ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ ਅੱਗੇ ਵਾਲੀ ਸਾਈਡ ਤੋਂ, ਇਸ ਤਰ੍ਹਾਂ ਅੱਗੇ ਵਾਲੀ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ, ਧਾਗਾ ਆਪਣੇ ਵੱਲ, 1 ਕੁੰਡਾ ਸਿੱਧਾ ਬਣਾਵਾਂਗੇ। ਇਹ ਦੇਖੋ ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੀ ਸਾਈਡ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਬੈਕ ਸਾਈਡ ਤੋਂ, ਅਤੇ ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੀ ਸਾਈਡ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਅੱਗੇ ਵਾਲੀ ਸਾਈਡ ਤੋਂ ਇਹ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਇਸ ਤਰ੍ਹਾਂ, ਧਾਗਾ ਆਪਣੇ ਵੱਲ, 1 ਕੁੰਡਾ ਸਿੱਧਾ ਬਣਾਂਗੇ, ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੀ ਸਾਈਡ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਬੈਕ ਸਾਈਡ ਤੋਂ, ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੇ ਵੱਲ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ ਅੱਗੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਕੁੰਡੇ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ, ਧਾਗਾ ਆਪਣੇ ਵੱਲ, 1 ਕੁੰਡਾ ਸਿੱਧਾ, ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੇ ਵੱਲ ਇਸ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ, ਇੱਥੇ ਵਲ ਪੈ ਕੇ ਜਾਲੀ ਬਣ ਜੂ। ਧਾਗਾ ਆਪਣੇ ਵੱਲ 3 ਕੁੰਡੇ ਉਲਟੇ, ਚੌਥੀ ਸਿਲਾਈ ਉਲਟੀ ਸਾਈਡ ਤੋਂ 3 ਕੁੰਡੇ ਸਿੱਧੇ, ਧਾਗਾ ਆਪਣੇ ਵੱਲ 5 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 5 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 5 ਕੁੰਡੇ ਉਲਟੇ,
ਧਾਗਾ ਦੂਸਰੀ ਸਾਈਡ, ਤਿੰਨ ਕੁੰਡੇ ਸਿੱਧੇ। ਇਹ ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।